ਡਬਲ ਮਰਡਰ ਹੋਇਆ ਹੈ, ਦੋਹਰੇ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ। ਅੱਧੀ ਰਾਤ ਨੂੰ ਦੱਸੇ ਕਿ ਪਿਓ ਪੁੱਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਰਾਤ ਨੂੰ ਨੌਜਵਾਨ ਨੂੰ ਫੋਨ ਕਰਕੇ ਗੇਟ ਤੇ ਸੱਦਿਆ ਤੇ ਤੇਜ਼ਧਾਰ ਹਥਿਆਰ ਦੇ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ। ਔਰ ਛੁਡਵਾਉਣ ਆਇਆ ਪਿਤਾ ਤਾਂ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇੱਕ ਮਹਿਲਾ ਨੂੰ ਵੀ ਗੰਭੀਰ ਤੌਰ ਤੇ ਜ਼ਖਮੀ ਕੀਤਾ ਗਿਆ। ਪਾਲਤੂ ਕੁੱਤੇ ਨੂੰ ਲੈ ਕੇ ਮਹਿਜ਼ ਇਹ ਵਿਵਾਦ ਚੱਲ ਰਿਹਾ ਸੀ, ਯਾਨੀ ਕਿ ਛੋਟਾ ਜਿਹਾ ਵਿਵਾਦ ਅਸੀਂ ਕਹਿ ਸਕਦੇ ਹਾਂ। ਕਿਸੇ ਦੀ ਜਾਨ ਲੈ ਗਿਆ ਤਾਂ ਦੋ ਜਣੇ ਕਤਲ ਕਰ ਦਿੱਤੇ ਗਏ ਨੇ। ਤਾਂ ਮ੍ਰਿਤਕਾਂ ਦੀ ਪਛਾਣ 32 ਸਾਲਾ ਅਮਰੀਕ ਸਿੰਘ ਔਰ 55 ਸਾਲਾ ਮੰਦਰ ਸਿੰਘ ਦੇ ਵਿੱਚੋਂ ਹੋਈ ਹੈ। ਤਾਂ ਵੱਡੀ ਘਟਨਾ ਵਾਪਰੀ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ। ਹਾਲਾਂਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਹਮਲਾਵਰ ਆਏ ਨੇ, ਕਿਵੇਂ ਉਹਨਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਕਿ ਉੱਥੇ ਕੌਣ ਮੌਜੂਦ ਸੀ, ਔਰ ਅਜਿਹੀ ਵੀ ਕੀ ਵੱਡੀ ਗੱਲ ਹੋ ਗਈ ਜਿਸ ਦੀ ਵਜ੍ਹਾ ਦੇ ਨਾਲ ਇਹ ਵਾਰਦਾਤ ਇੰਨੀ ਜ਼ਿਆਦਾ ਖੂਨੀ ਬਣ ਗਈ ਕਿ ਪਿਓ ਪੁੱਤ ਨੂੰ ਹੀ ਮਾਰ ਮੁਕਾਇਆ ਗਿਆ। ਤਾਂ ਇਹ ਤਸਵੀਰਾਂ ਨੇ ਔਰ ਸੁਭਾਵਿਕ ਤੌਰ ਤੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਅਚਨਚੇਤ ਵਾਪਰਦੀ ਹੈ ਇਹ ਘਟਨਾ। ਰਾਤ ਵੇਲੇ ਸਾਰੀ ਘਟਨਾ ਵਾਪਰੀ ਹੈ। ਔਰ ਦੱਸਦੀਏ ਕਿ ਪਿਤਾ ਦੀ ਜਿਹੜੀ ਪਛਾਣ ਹੈ ਉਹ 55 ਸਾਲਾਂ ਦੇ ਵਜੋਂ ਹੋਈ ਹੈ। 55 ਸਾਲਾਂ ਮੰਦਰ ਸਿੰਘ ਹੈ, 32 ਸਾਲਾਂ ਅਮਰੀਕ ਸਿੰਘ ਪੁੱਤਰ ਹੈ ਜਿਸਦਾ ਕਤਲ ਕਰ ਦਿੱਤਾ ਗਿਆ। ਲਖਵਿੰਦਰ ਸਿੰਘ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ। ਲਖਵਿੰਦਰ, ਕੀ ਹੈ ਪੂਰੀ ਜਾਣਕਾਰੀ ਇਸ ਵੱਡੀ ਘਟਨਾ ਨੂੰ ਲੈ ਕੇ? ਬਿਲਕੁਲ ਗੁਰਜੋਤ ਜੀ, ਤਲਵੰਡੀ ਸਾਬੋ ਦੇ 7-8 ਕਿਲੋਮੀਟਰ ਤੇ ਪਿੰਡ ਸਥਿਤ ਹੈ ਜੀਵਨ ਸਿੰਘ ਵਾਲਾ। ਉੱਥੇ ਰਾਤ ਦੀ ਕਰੀਬ 10 ਵਜੇ ਦੀ ਗੱਲ ਹੈ। ਪਹਿਲਾਂ ਜੋ ਨਸ਼ੇੜੀ ਕਿਸਮ ਦੇ ਵਿਅਕਤੀ ਹੈ, ਦੋ ਆਰੋਪੀ ਦੱਸੇ ਜਾ ਰਹੇ ਹੈ, ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਦੋ ਮੰਦਰ ਸਿੰਘ ਤੇ ਉਹਦੇ ਪੁੱਤਰ ਅਮਰੀਕ ਸਿੰਘ ਨਾਲ ਪਾਲਤੂ ਕੁੱਤੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਅਚਾਨਕ ਹੀ ਰਾਤ ਜਦੋਂ ਉਹਨਾਂ ਨੂੰ ਪਤਾ, ਕਰੀਬ 9-10 ਵਜੇ ਦੀ ਘਟਨਾ, ਜਦੋਂ ਉਹਨਾਂ ਨੇ ਬਾਹਰ ਖੜਕਾ ਕੇ ਮੁੰਡਾ ਅਮਰੀਕ ਸਿੰਘ, ਜਿਸ ਦੀ ਉਮਰ 32-33 ਸਾਲ ਹੈ, ਜੋ ਖੇਤੀਬਾੜੀ ਦਾ ਕੰਮ ਕਰਦਾ, ਉਹਨੇ ਬਾਹਰ ਖੇਲਿਆ। ਜਿਉਂ ਵੀ ਗੇਟ ਦੇ ਬਾਹਰ ਆਏ ਤਾਂ ਉਹਨਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਉਹਦਾ ਸਿਰ ਤੇ ਹਮਲਾ ਕਰਤਾ। ਜਦੋਂ ਉਹ ਚਰਕਰ ਲਾ ਰਿਹਾ ਸੀ ਤਾਂ ਉਹਦੀਆਂ ਆਵਾਜ਼ਾਂ ਸੁਣ ਕੇ ਉਹਦਾ ਮੁੰਡਾ ਜਿਹੜਾ, ਉਹਦਾ ਪਿਤਾ ਆਇਆ ਬਾਹਰ, 55 ਸਾਲ ਦੀ ਉਮਰ ਸੀ ਜਿਹਦੀ ਮੰਦਰ ਸਿੰਘ, ਤਾਂ ਉਸ ਤੇ ਵੀ ਉਹਨਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਨ ਦੱਸਿਆ ਜਾ ਰਿਹਾ। ਉਹ 5-6 ਨਸ਼ੇੜੀ ਕਿਸਮ ਦੇ ਵਿਅਕਤੀ ਸੀ ਜੋ ਘਾਤ ਲਾ ਕੇ ਹਮਲਾ ਕਰਕੇ ਉਹਨਾਂ ਨੇ ਉਹਨਾਂ ਨੂੰ ਮੌਤ ਦੇ ਘਾਟ ਕਰਤਾ। ਜਿਉਂ ਹੀ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਰਾਤੇ ਰਾਤ ਹੀ ਪੁਲਿਸ ਆ ਜਿਹੜੀ SSP ਸਮੇਤ CI ਸਟਾਫ ਬਠਿੰਡਾ ਪਹੁੰਚੇ ਮੌਕੇ ਤੇ, ਘਟਨਾ ਜਾਇਜ਼ਾ ਲਿਆ। ਹੋਰ ਇੱਥੋਂ ਤੱਕ ਵੀ ਨਹੀਂ, ਉਹਨਾਂ ਨੇ ਖੂਨ ਦੀ ਹੋਲੀ ਖੇਡਦੇ ਹੋਏ ਉਹਦੀ ਘਰ ਦੇ ਵਿੱਚ ਜੋ ਮ੍ਰਿਤਕ ਦੀ ਮੰਦਰ ਸਿੰਘ ਦੇ ਘਰ ਵਾਲੀ ਸੀ ਦਰਸ਼ਨ ਕੌਰ, ਉਹਨੂੰ ਉਹਦੇ ਤੇ ਵੀ ਜਾਨਲੇਵਾ ਹਮਲਾ ਕਰਿਆ ਤੇ ਉਹ ਗੰਭੀਰ ਜ਼ਖਮੀ ਬਠਿੰਡਾ ਦੇ ਹਸਪਤਾਲ ਦੇ ਵਿੱਚ ਜ਼ਖਮੀ ਹੋਏ। ਕੀ ਬਾਅਦ ਦੇ ਵਿੱਚ ਲਖਵਿੰਦਰ ਜੀ ਬਾਅਦ ਦੇ ਵਿੱਚ ਲਖਵਿੰਦਰ ਕੀ ਘਰ ਦੇ ਵਿੱਚ ਅੰਦਰ ਵੜ ਕੇ ਮਹਿਲਾ ਨੂੰ ਜ਼ਖਮੀ ਕੀਤਾ, ਉਹ ਵੀ ਗੇਟ ਤੇ ਆਏ ਸਨ, ਔਰ ਕੀ ਹੁਣ ਤੱਕ ਉਹਨਾਂ ਨੂੰ ਫੜਿਆ ਨਹੀਂ ਗਿਆ ਹੈ, ਕੀ ਉਹ ਫਰਾਰ ਨਹੀਂ, ਆ ਪੁਲਿਸ ਦੇ ਕੋਲ ਕੁਝ ਕਲੂਜ਼ ਨੇ? ਬਿਲਕੁਲ, ਜਦੋਂ ਘਟਨਾ ਬਾਹਰ ਹੀ ਗੇਟ ਤੇ ਜਦੋਂ ਇਹ ਗੱਲ ਹੋਈ ਤਾਂ ਅੰਦਰ ਸੁਣ ਕੇ ਜਦੋਂ ਦਰਸ਼ਨ ਕੌਰ ਆਈ ਤਾਂ ਜਦੋਂ ਬਾਹਰ ਆਏ ਤਾਂ ਉਹਨਾਂ ਤੇ ਵੀ ਹਮਲਾ ਕਰਦਾ, ਤਾਂ ਉਹ ਆਪਣੀ ਜਾਨ ਬਚਾ ਕੇ ਕਿਤੇ ਨਾ ਕਿਤੇ ਉਹ ਭੱਜ ਗਈ। ਇਸ ਤੇ ਉਹ ਜਿਹੜੇ ਨਸ਼ੇੜੀ ਕਿਸਮ ਦੇ ਵਿਅਕਤੀ ਸੀ ਉਹ ਲੋਕੇ ਤੇ ਪੁਲਿਸ ਨੇ ਰਾਤੇ ਰਾਤ ਹੀ ਪਿੱਛਾ ਕਰਕੇ, ਦੱਸਿਆ ਜਾ ਰਿਹਾ ਕਿ ਇੱਕ ਨਾ ਉਹਨੂੰ 1-2 ਕਲੂ ਆ ਜਿਹੜੇ ਉਹ ਮਿਲੇ ਹੈ, ਤੇ ਸ਼ਾਇਦ ਪੁਲਿਸ ਨੇ, ਦੱਸਿਆ ਜਾ ਰਿਹਾ, ਅਜੇ ਪੁਲਿਸ ਨੇ ਕੋਈ ਘਟਨਾ ਦੀ ਪੁਸ਼ਟੀ ਤਾਂ ਨਹੀਂ ਕਰੀ, ਪਰ ਦੱਸਿਆ ਜਾ ਰਿਹਾ ਵੀ ਪੁਲਿਸ ਨੂੰ ਕੁਛ ਨਾ ਕੁਛ ਕਲੂ ਆ ਜਿਹੜੇ ਉਹ ਮਿਲੇ ਹੈ, ਤੇ ਪੁਲਿਸ ਰਾਤ ਦੀ ਸਾਰੀ ਰਾਤ ਹੈ ਉਹਨਾਂ ਦਾ ਪਿੱਛਾ ਕਰ ਰਹੀ ਹੈ। ਬਿਲਕੁਲ, ਬਣੇ ਰਹੋ ਸਾਡੇ ਨਾਲ। ਤਾਂ ਇਸ ਵੇਲੇ ਦੀ ਵੱਡੀ ਵਾਰਦਾਤ, ਇਸ ਵੇਲੇ ਦੀ ਵੱਡੀ ਘਟਨਾ ਸਾਹਮਣੇ ਆਈ ਹੈ, ਔਰ ਤਲਵੰਡੀ ਸਾਬੋ ਦਾ ਪਿੰਡ ਜੀਵਨ ਸਿੰਘ ਵਾਲਾ ਹੈ ਜਿੱਥੇ ਇਹ ਵੱਡੀ ਘਟਨਾ ਵਾਪਰੀ ਹੈ। ਮੇਰੇ ਸਹਿਯੋਗੀ ਜਿਸ ਤਰੀਕੇ ਦੇ ਨਾਲ ਜਾਣਕਾਰੀ ਦੇ ਰਹੇ ਨੇ ਕਿ ਰਾਤ ਕਰੀਬ 9:30 ਵਜੇ ਦੀ ਇਹ ਘਟਨਾ ਹੈ ਜਦੋਂ ਗੇਟ ਤੇ ਇਹ ਨਸ਼ੇੜੀ ਕਿਸਮ ਦੇ ਆਦਮੀ, ਔਰ ਪਿੰਡ ਦੇ ਹੀ ਦੱਸੇ ਜਾ ਰਹੇ ਨੇ, ਜੋ ਜਾਣਕਾਰੀ ਮਿਲ ਰਹੀ ਹੈ
ਪਿੰਡ ਦੇ ਹੀ ਇਹ ਦੋਵੇਂ ਮੁਲਜ਼ਮ ਨੇ ਜਿਨ੍ਹਾਂ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬੜੀ ਆਸਾਨੀ ਦੇ ਨਾਲ ਇਹਨਾਂ ਨੇ ਕੱਟਾਂ ਨੂੰ ਅੰਜਾਮ ਦਿੱਤਾ ਔਰ ਉਸ ਤੋਂ ਬਾਅਦ ਇਹ ਫਰਾਰ ਹੋ ਗਏ ਨੇ। ਹਾਲਾਂਕਿ ਅਜੇ ਤੱਕ ਇਹ ਪੁਲਿਸ ਦੀ ਦਬਸ਼ ਤੋਂ ਬਾਹਰ ਨੇ ਪਰ ਲਗਾਤਾਰ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ। ਲਗਾਤਾਰ ਸਾਡੇ ਨਾਲ ਫੋਨ ਲਾਈਨ ਤੇ ਲਖਵਿੰਦਰ ਨੇ ਮੇਰੇ ਸੋਗੀ। ਲਖਵਿੰਦਰ, ਜਾਣਨਾ ਚਾਹਾਂਗੇ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਮਹਿਜ਼ ਇੱਕ ਕੁੱਤੇ ਦੀ ਵਜ੍ਹਾ ਦੇ ਨਾਲ ਇੰਨਾ ਮਸਲਾ ਵੱਧ ਗਿਆ ਕਿ ਉਹਨਾਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ, ਇਸ ਦੇ ਪਿੱਛੇ ਕੋਈ ਹੋਰ ਵੀ ਵਜ੍ਹਾ ਹੋ ਸਕਦੀ ਹੈ? ਲਖਵਿੰਦਰ, ਜਿਨ੍ਹਾਂ ਲੋਕਾਂ ਨੇ ਹਮਲਾ ਕਰਿਆ ਉਹ ਨਸ਼ੇੜੀ ਕਿਸਮ ਦੇ ਲੋਕ ਆ ਜਿਹੜੇ ਉਹ ਦੱਸੇ ਜਾ ਰਹੇ ਨੇ, ਪਰ ਉਹ ਪਾਲਤੂ ਕੁੱਤੇ ਨੂੰ ਹੈ ਲੈ ਕੇ ਹੋਇਆ ਝਗੜਾ ਤੇ ਇੱਕ ਕੁੱਤਾ ਉਹਨਾਂ ਦਾ ਸੀ, ਪਰ ਇਹਨਾਂ ਨੇ ਕਿਤੇ ਨਾ ਕਿਤੇ ਭੁਲੇਖੇ ਦੇ ਨਾਲ ਆਵਾਰਾ ਸਮਝ ਕੇ ਘਰੇ ਬੰਨਿਆ ਸੀ, ਉਸੇ ਨੂੰ ਲੈ ਕੇ ਮਾਮਲਾ ਜਿਹੜਾ ਉਹ ਵੱਧ ਗਿਆ ਤੇ ਇਸ ਨੂੰ ਲੈ ਕੇ ਜਿਹੜੀ ਖੂਨ ਦੀ ਹੋਲੀ ਆ ਜਿਹੜੇ ਉਹਨਾਂ ਨੇ ਖੇਡੀ ਹੈ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਤਮਾਮ ਜਾਣਕਾਰੀ ਲਈ, ਧੰਨਵਾਦ ਹੈ। ਤਾਂ ਕੁੱਲ ਮਿਲਾ ਕੇ ਆਪਣੇ ਆਪ ਦੇ ਵਿੱਚ ਵੱਡੀ ਘਟਨਾ, ਮਹਿਜ਼ ਇੱਕ ਪਾਲਤੂ ਕੁੱਤੇ ਨੂੰ ਲੈ ਕੇ ਹੋਇਆ ਛੋਟਾ ਜਿਹਾ ਵਿਵਾਦ ਇਸ ਵੱਡੀ ਵਾਰਦਾਤ ਤੱਕ ਪਹੁੰਚ ਗਿਆ ਕਿ ਦੋਹਰਾ ਕਤਲਕਾਂਡ ਕਰ ਦਿੱਤਾ ਗਿਆ।